ਇਹ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਜੋ ਗੁੰਝ ਆ ਜਾਂ ਗੁੰਝਾਂ ਜਿੱਥੇ ਜਿੱਥੇ ਸੋਨੇ ਦਾ ਕੰਮ ਹੋਇਆ ਉਹਨਾਂ ਦੀ ਸੇਵਾ ਸਾਫ਼ ਸਫਾਈ ਦੀ ਹਰ ਸਾਲ ਬਾਬਾ ਮਹਿੰਦਰ ਸਿੰਘ ਜੀ ਬਰਮਿੰਘਮ ਵਾਲੇ ਯੂਕੇ ਵਾਲੇ ਆਪਣੇ ਜਥੇ ਨਾਲ ਉਹ ਇੱਥੇ ਆਉਂਦੇ ਨੇ ਹੋਰ ਵੀ ਜਿੱਥੇ ਉਹ ਸੇਵਾਵਾਂ ਕਰਦੇ ਨੇ ਉੱਥੇ ਹਰ ਸਾਲ ਇਸ ਗੁੰਝ ਦੀ ਉਹ ਜਿੱਥੇ ਜਿੱਥੇ ਸੋਨੇ ਦਾ ਵਰਕ ਹੋਇਆ ਉਹਦੀ ਸਾਫ਼ ਸਫਾਈ ਦੀ ਧੁਆਈ ਦੀ ਇਹ ਸੇਵਾ ਕਰਦੇ ਨੇ ਆਪਣੇ 25 ਕੁ ਸਿੰਘਾਂ ਦੇ ਨਾਲ ਇਹ ਜਥੇ ਦੇ ਨਾਲ ਇੱਥੇ ਆਏ ਨੇ ਦੇਸੀ ਤਰੀਕੇ ਨਾਲ ਰੇਠੇ ਨਾਲ ਜਾਂ ਹੋਰ ਅਜਿਹੀਆਂ ਵਸਤਾਂ ਦੇ ਨਾਲ ਇਹ ਉਹਨਾਂ ਦੀ ਧੁਆਈ ਕਰਦੇ ਨੇ ਤਾਂ ਜੋ ਸੋਨੇ 'ਤੇ ਕੋਈ ਬੁਰਾ ਪ੍ਰਭਾਵ ਨਾ ਪੈ ਸਕੇ ਇਹ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈ ਇਹ ਕਿੰਨੇ ਦਿਨ ਸੇਵਾ ਚੱਲੇਗੀ ਇਹ ਲਗਭਗ 10 ਕੁ ਦਿਨ ਇਹ ਸੇਵਾ ਚੱਲੇਗੀ 10 ਦਿਨਾਂ 'ਚ ਸੇਵਾ ਕੰਪਲੀਟ ਹੋ ਜਾਵੇਗੀ